लुधियाना के पवेलियन मॉल में नई पंजाबी फिल्म कभी हाँ कभी ना की प्रेस कॉन्फ्रेंस का आयोजन किया गया, जिसमें मुख्य रूप से गायक व अभिनेता सिंघा और अभिनेत्री संजना सिंह खास तौर पर पहुंचे। स्टार कास्ट ने पत्रकारों से बातचीत करते हुए बताया कि यह फिल्म प्यार और कॉमेडी का मिश्रण और एक पारिवारिक फिल्म है, जो कि 3 दिसंबर को सिनेमा घरों में रिलीज होने जा रही है। फिल्म की शूटिंग पटियाला व मोहाली के अलग अलग स्थानों पर शूट की गई है। यह फिल्म सुनील ठाकुर द्वारा लिखी और निर्देशित की गई है और फिल्म के प्रोड्यूसर प्रेरणा शर्मा व रोहित बख्शी है। मेरे को एक स्टोरी पई है, ओनु बस एक प्रोड्यूसर लबना पड़ा, 1.5 करोड़ वाला बंदा चाहिदा। एदा मतलब है लाख लाख वाले 100 बंदे लबने पैणे है। फिर ता सारी फिल्म च प्रोड्यूसरां दे नाम ही चलणगे, फिल्म नहीं चलदी। सत श्री अकाल सारेयां नूं, मेरा नाम संजना सिंह है। मेरी पहली फिल्म कदे हां कदे ना डेब्यू फिल्म। सब तो पहला थोड़ा बहुत थैंक यू, तुसीं इत्थे आए साडी फिल्म नूं सपोर्ट करन लई, मैनूं सपोर्ट करन लई। ਸਾਡੀ ਪੂਰੀ ਟੀਮ ਇੱਥੇ ਹੈ, ਮੈਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹੂੰਗੀ। ਪ੍ਰੇਰਣਾ ਮੈਮ ਸਪੋਰਟ ਕੀਤਾ ਮੈਨੂੰ, ਮੇਰੀ ਪਹਿਲੀ ਫਿਲਮ ਸੀ ਪੰਜਾਬ, ਪਹਿਲੀ ਵਾਰੀ ਮੈਂ ਕੰਮ ਕਰ ਰਹੀ ਸੀ, ਲਾਈਕ ਜੇ ਤੁਸੀਂ ਫਿਲਮ ਦੀ ਗੱਲ ਕਰੋ ਤਾਂ ਮੈਂ ਸਟਾਰਟਿੰਗ 'ਚ ਮਾੜਾ ਜਿਹਾ ਨਰਵਸ ਵੀ ਸੀ ਕਿ ਕਿਵੇਂ ਹੋਊਗਾ, ਲਾਈਕ ਯੂ ਨੋ ਇਫ ਸਮਵਨ ਵਿਲ ਸੇ ਸਮਥਿੰਗ ਟੂ ਮੀ। ਬਟ ਫਿਲਮ 'ਤੇ ਸੈੱਟ 'ਤੇ ਬਹੁਤ ਹੀ ਫੈਮਿਲੀ ਵਰਗਾ ਮਾਹੌਲ ਸੀਗਾ, ਮੈਂ ਬਹੁਤ ਕੰਫਰਟੇਬਲ ਰਹੀ ਹਾਂ। ਸਾਰੇ ਬਹੁਤ ਹੀ ਵਧੀਆ ਸੀ ਮੇਰੇ ਨਾਲ ਅਤੇ ਮੈਨੂੰ ਕਿਸੇ ਚੀਜ਼ ਦੀ ਕੋਈ ਵੀ ਯੂ ਨੋ ਪ੍ਰੋਬਲਮ ਕਦੇ ਨਹੀਂ ਹੋਈ। ਮੇਰੀ ਪਹਿਲੀ ਫਿਲਮ ਕਦੇ ਹਾਂ ਕਦੇ ਨਾ 3rd ਨੂੰ ਰਿਲੀਜ਼ ਹੋ ਰਹੀ ਹੈ, ਤੁਹਾਨੂੰ ਪਤਾ ਹੀ ਹੈ, ਤਾਂ ਪਲੀਜ਼ ਮੈਂ ਰਿਕੁਐਸਟ ਕਰੂੰਗੀ ਕਿ ਪਲੀਜ਼ ਤੁਸੀਂ ਸਪੋਰਟ ਕਰਿਓ ਫਿਲਮ ਨੂੰ। ਮੇਰੀ ਪਹਿਲੀ ਫਿਲਮ ਹੈ ਅਤੇ ਮੈਨੂੰ ਵੀ ਸਪੋਰਟ ਕਰਿਓ, ਪਿਆਰ ਦਿਓ, ਸਿੰਘਾ ਜੀ ਨੇ ਆਲਰੇਡੀ ਕਹਿ ਦਿਆ। ਤੁਸੀਂ ਜਿੱਦਾਂ ਮੇਰੇ ਗਾਣਿਆਂ ਨੂੰ ਪਿਆਰ ਦਿੱਤਾ, ਜਿੱਦਾਂ ਤੁਸੀਂ ਮੇਰੇ ਲਿਰਿਕਸ ਨੂੰ ਪਿਆਰ ਦਿੱਤਾ, ਉਦਾਂ ਹੀ ਤੁਸੀਂ ਮੂਵੀ ਵੀ ਪਿਆਰ ਦਿਓਗੇ। ਸੋ ਮੈਂ ਆਸ ਕਰਦਾ, ਇੰਨਾ ਸ਼ਰਮਾ ਅਸੀਂ ਇਹ ਮੂਵੀ ਬਣਾਈ ਹੈ। ਪਹਿਲਾਂ ਤਾਂ ਮੇਰਾ ਸ਼ਹਿਰ ਹੈ ਜੀ, ਬਟ ਇੱਥੇ ਮੈਂ ਬਹੁਤ ਬਚਪਨ ਆਪਣਾ ਸਪੈਂਡ ਕੀਤਾ ਲੁਧਿਆਣੇ ਡੁਗਰੀ ਸਾਈਡ। ਤਾਂ ਤੁਹਾਨੂੰ ਰਿਕੁਐਸਟ ਤਾਂ ਨਹੀਂ, ਮੈਂ ਆਪਣਾ ਕਹਿ ਕੇ ਤੁਹਾਨੂੰ ਕਹਿ ਰਹੀ ਹਾਂ, ਤੁਸੀਂ ਜ਼ਰੂਰ ਜਾਇਓ। ਅਸੀਂ ਇੱਥੇ ਦੇ ਹੀ, ਤੁਸੀਂ ਜੋ ਮਰਜ਼ੀ ਕਹਿ ਲਓ, ਸਹੇਲੀ ਕਹਿ ਲਓ, ਭੈਣ ਕਹਿ ਲਓ, ਬੱਚੇ ਕਹਿ ਲਓ, ਇਸੀ ਸ਼ਹਿਰ ਦੇ ਹਾਂ। ਅਸੀਂ ਮੂਵੀਜ਼ ਬਣਾਉਣਾ ਚਾਹੁੰਦੇ ਹਾਂ ਅੱਗੇ ਵੀ, ਤੁਸੀਂ ਸਾਡੀ ਮੂਵੀ ਨੂੰ ਸਪੋਰਟ ਕਰੋ। ਅਸੀਂ ਇੱਕ ਫੈਮਿਲੀ ਡਰਾਮਾ ਬਣਾਇਆ ਸਿੰਘਾਂ ਨੂੰ, ਤੁਸੀਂ ਕਦੀ ਐਕਸਪੈਕਟ ਨਹੀਂ ਕੀਤਾ ਹੋਣਾ ਕਿ ਯੂ ਨੋ ਇੰਨਾ ਪਿਆਰਾ ਜਿਹਾ ਵੀ ਲੱਗ ਸਕਦਾ, ਪਰ ਅਸੀਂ ਦਿਖਾਇਆ ਕਿ ਲੱਗ ਸਕਦਾ। ਤਾਂ ਤੁਸੀਂ ਜਾਓ, ਅਸੀਂ ਹੋਰ ਮੂਵੀਜ਼ ਬਣਾਉਂਦੇ ਰਹਾਂਗੇ। ਫਿਲਮ ਦੇ ਵਿੱਚ ਖਾਸ ਹੈਗਾ ਜੀ ਮੈਸੇਜ, ਅਗਰ ਮੈਂ ਦੱਸ ਦਾਂਗੀ ਫਿਰ ਮੈਨੂੰ ਸਾਰਾ ਕੁਝ ਦੱਸਣਾ ਪੈ ਜੂਗਾ। ਖਾਸ ਮੈਂ ਹਾਂ, ਤੁਸੀਂ ਮੈਨੂੰ ਦੇਖਿਆ ਹੋਣਾ ਗਾਣੇ 'ਚ ਨਹੀਂ। 3 ਦਸੰਬਰ ਨੂੰ ਮੂਵੀ ਆ ਰਹੀ ਹੈ ਜੀ ਸਾਡੀ ਕਦੇ ਹਾਂ ਕਦੇ ਨਾ, ਸੋ ਤੁਸੀਂ ਸਾਰੇ ਜਣੇ ਸਪੋਰਟ ਕਰੋ। ਜਿੱਦਾਂ ਬਾਕੀ ਜੇ ਚੰਗੀ ਲੱਗੀ ਤਾਂ ਆਪਣੇ ਘਰਦਿਆਂ, ਆਪਣੇ ਪੇਰੈਂਟਸ ਨਾਲ ਤੁਸੀਂ ਜਾ ਕੇ ਦੇਖ ਸਕਦੇ ਹੋ, ਆਪਣੀ ਫੈਮਿਲੀ ਨਾਲ, ਕਿਉਂਕਿ ਫੈਮਿਲੀ ਮੂਵੀ ਆ ਜਿਹਦੇ ਵਿੱਚ ਕੋਈ ਵੀ ਕੌਮੇਡੀ ਧੱਕੇ ਨਾਲ ਨਹੀਂ ਕੀਤੀ ਗਈ, ਕੋਈ ਵੀ ਰੋਲ ਕੋਈ ਵੀ ਇੱਦਾਂ ਦਾ ਨਹੀਂ ਕੀਤਾ ਗਿਆ ਕਿ ਤੁਹਾਨੂੰ ਉਹਦੇ ਲਈ ਪ੍ਰੈਸ਼ਰ ਫੀਲ ਹੋਵੇ। ਬਟ ਇਹਦੇ 'ਚ ਜੋ ਵੀ ਆ ਸਿਚੁਏਸ਼ਨਲ ਆ ਸਭ ਕੁਛ, ਅਗਰ ਐਕਸ਼ਨ ਆ ਤਾਂ ਉਹਦੀ ਵੀ ਕੋਈ ਵਜ੍ਹਾ ਹੈ, ਅਗਰ ਕੋਮੇਡੀ ਆ ਤਾਂ ਉਹਦੀ ਵੀ ਕੋਈ ਵਜ੍ਹਾ ਹੈ, ਕਿਉਂਕਿ ਸਾਰੇ ਆਰਟਿਸਟ ਨੇ ਜਿੰਨੇ ਵੀ ਵੱਡੇ ਆਰਟਿਸਟ ਨੇ ਜਿਨ੍ਹਾਂ ਨੇ ਵੀ ਇਹਦੇ 'ਚ ਕੰਮ ਕੀਤਾ, ਸੋ ਸਾਰਿਆਂ ਨੇ ਆਪਣਾ ਵਧੀਆ ਵਧੀਆ 100% ਦੇਣ ਦੀ ਕੋਸ਼ਿਸ਼ ਕੀਤੀ ਆ। ਸੋ ਤੁਸੀਂ ਜਾ ਕੇ ਜ਼ਰੂਰ ਦੇਖਿਓ, ਕਦੇ ਹਾਂ ਕਦੇ ਨਾ। ਸਤਿ ਸ਼੍ਰੀ ਅਕਾਲ ਜੀ, ਫਿਲਮ ਆਈ ਹੈ ਕਦੇ ਹਾਂ ਕਦੇ ਨਾ, ਮੇਰੀ ਪਹਿਲੀ ਫਿਲਮ ਆ ਡੈਬਿਊ ਫਿਲਮ ਆ, ਅਤੇ ਮੈਂ ਰਿਕੁਐਸਟ ਕਰਨਾ ਚਾਹੂੰਗੀ ਪਲੀਜ਼ ਤੁਸੀਂ 3rd ਨੂੰ ਜਾ ਕੇ ਸਿਨੇਮਾ ਘਰ ਜਾ ਕੇ ਜ਼ਰੂਰ ਦੇਖਿਓ, ਸਪੋਰਟ ਕਰਿਓ। ਫੈਮਿਲੀ ਫਿਲਮ ਆ, ਬਹੁਤ ਹੀ ਵਧੀਆ ਫਿਲਮ ਬਣੀ ਹੈ, ਸਾਡੀ ਫਿਲਮ ਟੀਮ ਨੇ ਬਹੁਤ ਮਿਹਨਤ ਕੀਤਾ ਸਾਰਿਆਂ ਨੇ ਅਤੇ ਬਹੁਤ ਵਧੀਆ ਕੰਮ ਕੀਤਾ। ਇੰਟਰਟੇਨਿੰਗ ਫਿਲਮ ਆ, ਤੁਸੀਂ ਇੰਟਰਟੇਨ ਹੋ ਕੇ ਇੰਜੋਏ ਕਰੋਗੇ।